ਸਰਕਾਰ ਨਵੀਂ ਨੇ ਤੇ ਅਗਰ ਨਾ ਵਾਜਬ ਕਰਾਰ ਦਿੰਦੇ ਫਿਰ ਲੋਕ ਪਤਾ ਨੀ ਸਾਨੂੰ ਕਿਤਨਾ ਮਾਰਦੇ ਹੁਣ ਯਾਦ ਕਰ ਛੱਡਦੇ। ਤਰੇ ਵਾਰੀ ਜਨਾਬੇ ਹਨਫੀਆ ਪੁੱਛਿਆ ਬਈ ਇਹਨਾਂ ਚੋਂ ਮੇਰੀ ਭੈਣ ਜ਼ੈਨਬ ਕਿਹੜੀ ਹੈ? ਬੀਬੀ ਨਾਮਨਾ ਦੇ ਕਬਰ ਉੱਤੇ ਆਈ, ਕਬਰ ਨੂੰ ਗੱਲ ਨਾਲ ਲਾ ਕੇ ਕਹਿੰਦੀ ਨਾਨਾ ਨਾਨਾ ਛਤਰੀ ਸ਼ਹਿਰਾਂ ਚੋਂ ਗੁਜ਼ਾਰਿਆ ਨੇ, ਜਿਵੇਂ ਆਪਣੇ ਨੂੰ ਦੁੱਖ ਨਹੀਂ ਦੱਸੀ ਦੇ, ਆਪਣਾ ਕੋਈ ਮਿਲ ਪਵੇ ਤੇ ਆਪਣੇ ਦੁੱਖ ਬਿਆਨ ਕਰਦੇ ਲੱਗਦੇ ਲੋਕ ਦੱਸਦੇ ਰਹਿੰਦੇ ਨੇ। ਨਾਨਾ ਇੱਕ ਦੁੱਖ ਹੈ ਜਿਹੜਾ ਜ਼ੈਨਬ ਨੂੰ ਕਬਰ 'ਚ ਨਹੀਂ ਭੁੱਲਣਾ। ਫਰਮਾਇਆ ਮੇਰੀ ਧੀ ਕਿਹੜਾ ਦੁੱਖ ਹੀ? ਫਰਮਾਇਆ ਨਾਨਾ ਦੁੱਖ ਹੀ ਹੋਏ, ਕਰਬਲਾ ਤੋਂ ਲੈ ਕੇ ਸ਼ਾਮ ਤਾਈਂ ਈਸਾ ਦੀ ਉਮਤ ਮੈਨੂੰ ਚਾਦਰਾਂ ਦਿੰਦੀ ਰਹੀ ਹੈ। ਦਿਲ ਬਣਾਵੇ ਤਾਂ ਜ਼ਰੂਰ ਮਾਤਮ ਕਰ ਦਿੰਦਾ, ਹੱਥ ਪਵੇ ਦਿਲ ਬਣੇ ਤੇ ਮਿੰਨਤ ਨਹੀਂ ਹੁੰਦੀ। ਬਸ ਤੇਰੀ ਉਮਤ ਮੇਰੀਆਂ ਲੁੱਟਦੀ ਰਹੀ ਹੈ। ਫਰਮਾਇਆ ਮੇਰੀ ਧੀ ਦੀਨ ਬਚਾ ਹੀ ਹੈ। ਫਰਮਾਇਆ ਹਾਂ ਨਾਨਾ, ਸਿਰਫ ਦੀਨ ਨਹੀਂ ਬਚਾਈ, ਤੇਰੇ ਅਸਲ ਵੀ ਬਚਾ ਕੇ ਲੈ ਆਈ। ਸੁਣਦੇ ਬੈਠੇ ਮਜ਼ਾ ਸਵਾਸ ਹੁੰਦਾ, ਤੇਰੇ ਦਾ ਮਕਸਦ ਹੀ ਇੱਕ ਮੁਹੱਬਤ ਹੈ ਹਲੇ ਬਹਿ ਤੇ, ਤੇਰੇ ਪੁੱਤਰ ਦੀ ਨਸਲ ਵੀ ਬਚਾ ਕੇ ਲੈ ਆਈ ਆ। ਫਰਮਾਇਆ ਮੇਰੇ ਪੁੱਤਰ ਦੀ ਕੋਈ ਨਿਸ਼ਾਨੀ, ਜੈਸੇ ਆਖਿਆ ਨਾ ਪੁੱਤਰ ਦੀ ਕੋਈ ਨਿਸ਼ਾਨੀ, ਬੀਬੀ ਇੱਕ ਚੋਲਾ ਦਾਮਨੇ ਚੋਂ ਕੱਢ ਕੇ ਨਾਨੇ ਦੀ ਕਬਰ ਤੇ ਰੱਖਿਆ, ਕਬਰ ਮੁਹੰਮਦ ਦੀ ਹੱਲਣ ਲੱਗ ਪਈ ਹੈ ਤੇ ਮੁਹੰਮਦ ਦੀ ਹੈ ਵੀ ਨਾ ਨਿਕਲੇ। ਜਿਸਲੇ ਕਬਰ ਹੱਲੀ ਹੈ ਨਾ ਤੇ ਹੁਣ ਕਿਹੜਾ ਬੰਦਾ ਹੈ ਜਿਹਦੀ ਹੁਣ ਹੈ ਨਾ ਨਿਕਲ ਸੀ, ਜਿਸਲੇ ਕਬਰ ਹੱਲੀ ਹੈ ਨਾ ਮੁਹੰਮਦ ਦੀ ਤੇ ਫਰਮਾਇਆ ਨਾਨਾ ਦਿਨ ਆਈ ਨਾ ਤੈਨੂੰ ਪੁੱਤਰ ਦੀ ਕਮੀਜ਼ ਵਿਖਾਈਏ। ਨਾਨਾ ਕਦੀ ਰਾਤ ਨੂੰ ਵਕਤ ਮਿਲਿਆ ਮੈਂ ਆਪਣੀ ਕਮੀਜ਼ ਲੈ ਕੇ ਤੇਰੀ ਕਬਰ ਤੇ ਆਵਾਂਗੇ। ਨਾਨਾ ਫਿਰ ਕਮੀਜ਼ ਵਾਲੇ ਪਾਸੇ ਵੇਖ ਕੇ ਆਪ ਫੈਸਲਾ ਕਰੀ, ਤੇਰੇ ਉਮਦੀਆਂ ਤੇਰੇ ਪੁੱਤਰਾਂ ਨੂੰ ਚੋਖਾ ਮਾਰਿਆ ਜਾਂ ਤੇਰੀਆਂ ਧੀਆਂ ਨੂੰ ਚੋਖਾ ਮਾਰਿਆ? ਮਰਹਬਾ ਮਰਹਬਾ ਮਰਹਬਾ, ਮੇਰੀ ਮਿਹਨਤ ਪੂਰੀ ਹੋ ਗਈ, ਮਕਸਦ ਪੂਰਾ ਹੋ ਗਿਆ, ਹਜ ਨਿਕਲ ਗਏ। ਹਸਨ ਬਿਰਾ ਦੀ ਕਬਰ ਤੇ ਆਈ, ਤੂੰ ਮੇਰਾ ਅਮੀਰ ਬਿਰਾ ਹੈ, ਤੂੰ ਮੇਰਾ ਬੜਾ ਬਖਤਾਂ ਦਾ ਬਿਰਾ ਹੈ, ਤੈਨੂੰ ਮੈਂ ਦੋ ਕਫਰ ਪਵਾਏ, ਤੇਰੇ ਕਫਰ ਦੀ ਕਸਮ ਏ ਹੁਸੈਨ ਦੀ ਕਮੀਜ਼ ਮੁਸਲਮਾਨਾਂ ਲਾ ਲਈ। ਮੈਂ ਕਾਲਮ ਦੀ ਜ਼ੁਬਾਨੀ ਸੁਣਿਆ ਆਈ ਕਿ ਜਦੋਂ ਮਾਸ਼ਰ ਦਾ ਮੈਦਾਨ ਹੋਵੇਗਾ ਸਭ ਤੋਂ ਉੱਚਾ ਰੋਣ ਵਾਲਾ ਮੌਲਾ ਅਲੀ ਹੋਵੇਗਾ। ਆਵਾਜ਼ੇ ਕੁਦਰਤ ਆਏਗੀ ਕਹਿਣਾ ਤੂੰ ਚੋਖਾ ਬਹਾਦਰ ਹੈ, ਏਡਾ ਡਾਡਾ ਕਿਉਂ ਪਿਆ ਰੋਣਾ ਹੈ? ਉਸੇ ਅਲੀ ਦੀ ਆਵਾਜ਼ ਅਸੀਂ ਮਾਲਕ, ਅੱਜ ਮਾਸ਼ਰ ਦਾ ਮੈਦਾਨ ਹੈ, ਅੱਜ ਗਰੀਬ ਮਸਕੀਨ ਮੁਸਾਫਰ ਪਰਦੇਸੀ ਵੇਖੋ ਤੇ ਜਿੰਦਾ ਕੋਈ ਵੀ ਨਹੀਂ, ਉਹ ਵੀ ਕਫਨ ਪਾ ਕੇ ਪਿਆ ਉੱਠਦਾ ਹੈ, ਮੇਰਾ ਹੁਸੈਨ ਅੱਜ ਵੀ ਬਗੈਰ ਕਫਨ ਦੇ ਪਿਆ ਉੱਠਦਾ ਹੈ। ਅਗਲਾ ਜੁਮਲਾ ਮਾਤਮ ਦਾ ਬਈ, ਜੈਸੇ ਮੌਲਾ ਅਲੀ ਰੋਣਗੇ ਤੇ ਹੁਸੈਨ ਬਾਦਸ਼ਾਹ ਦੀਆਂ ਚੀਖਾਂ ਉਹਨਾਂ ਤੋਂ ਵੀ ਜ਼ਿਆਦਾ ਬੁਲੰਦ ਹੋਣਗੀਆਂ। ਅਲੀ ਦੀ ਆਵਾਜ਼ ਅਸੀਂ ਹੁਸੈਨ ਮੈਂ ਤੇ ਤੇਰੀ ਬੇਕਫ ਨਹੀਂ ਪਿਆ ਰੋਣਾ ਤੇ ਤੂੰ ਏਡਾ ਡਾਡਾ ਕਿਉਂ ਰੋਣਾ? ਉਸ ਹੁਸੈਨ ਦੀ ਆਵਾਜ਼ ਅਸੀਂ ਬਾਬਾ ਬਾਬਾ ਆਪ ਇਨਸਾਫ ਕਰ, ਬਾਬਾ ਤੇਰਾ ਪੁੱਤਰ ਬਗੈਰ ਕਫਨ ਦੇ ਉੱਠਿਆ ਏਡਾ ਡਾਡਾ ਰੋਣਾ ਹੈ, ਓਵੇ ਸ਼ਾਮ ਵਿੱਚ ਮੇਰੀ ਚੌਂ ਸਾਲਾਂ ਦੀ ਧੀ ਬਗੈਰ ਕਫਨ ਦੇ ਪਈ ਉੱਠਦੀ। ਮਾਂ ਦੀ ਕਬਰ ਤੇ ਆਈ, ਵਾਅਦਾ ਕੀਤਾ ਸੀ ਮੈਨੂੰ ਆਪਣੇ ਨਾਲ ਸੁਝਾਉਣ ਆਉਂਦੇ ਨੂੰ, ਬਸ ਖਤਮ ਹੋ ਗਈ ਪੜਾਈ, ਮੇਰੇ ਹਿੱਸੇ ਦੀ ਮਜਲਿਸ ਪੂਰੀ ਹੋ ਗਈ, ਬਸ ਇੱਕੋ ਵਹਿਣ ਤੇ ਖਤਮ ਹੋ ਗਈ। ਤੁਹਾਡੇ ਕੋਲ ਲੋਕ ਬਾਹਰ ਜਾਂਦੇ ਰਹਿੰਦੇ ਨੇ, ਬਾਹਰ ਦੇ ਮੁਲਕ ਹੈ, ਸਾਲ ਬਾਅਦ, ਦੋ ਸਾਲ ਬਾਅਦ, ਪੰਜ ਪੰਜ ਸਾਲ ਬਾਅਦ ਉਹ ਲੋਕ ਵਾਪਸ ਆਉਂਦੇ ਨੇ, ਆਪਣੇ ਸੁਝਾਉਣ ਲੈਂਦੇ ਨੇ ਬਈ ਆਫਰ ਨਾ ਆ ਗਿਆ। ਇੰਝੀ ਗੱਲ ਨਹੀਂ ਕਰ, ਅਲੀ ਦੀ ਧੀ ਆਪਣੇ ਗਾਰਾ ਬੈਠੀ ਹੈ ਤੇ ਚੁੱਪ ਕਰ, ਸਾਰਾ ਹੀ ਗੁਜ਼ਰਿਆ ਵਿੱਚੋਂ ਪੌਣੇ ਦੋ ਸਾਲ ਸਿਰਫ ਗੁਜ਼ਰਿਆ ਹੈ, ਹੁਣੇ ਦੋ ਸਾਲ ਹੀ ਗੁਜ਼ਰੇ ਹੈ। ਬੀਬੀਆਂ ਦੀ ਦਰ ਤੇ ਪਾਨੀ ਆਉਣੇ ਦੀ ਆਵੇ ਦੀਆਂ ਨਵੇਲੀਆਂ ਪਹਿਚਾਣਦੀਆਂ ਜਾਂ ਕੋਈ ਨਾ ਉਹ ਵੀ ਕਿਸੇ ਬਹਿਣ ਦਾ ਇੱਕ ਬਿਰਾ ਮਰ ਜਾਏ ਨਾ ਤੇ ਬਹਿਣ ਸਾਰੀ ਜ਼ਿੰਦਗੀ ਚੁੱਪ ਨਹੀਂ ਕਰਦੀ ਤੇ ਜਿੰਦਾ ਬਿਰਾ ਹੀ ਇਤਨੇ ਮਾਰੇ ਨੇ, ਅੱਖਾਂ ਵੇਂਦੀਆਂ ਮਾਰੇ ਨੇ। ਉਹ ਬਹਿਣ ਜਦੋਂ ਬੈਠੀ ਹੈ ਤੇ ਦਰਵਾਜ਼ਾ ਵੇਖਿਆ ਤੇ ਰੁਨੀ ਹੋਵੇਗੀ ਜਾਂ ਹੱਸੀ ਹੋਵੇਗੀ? ਬਾਹਰ ਦੀ ਹਾਲਤ ਇਹ ਬਣੀ ਹੈ, ਆਪਣੇ ਘਰ ਵਾਲੇ ਪਾਸੇ ਕੰਢ ਹੋ ਗਈ ਹੈ ਤੇ ਬਿਰਾਵਾਂ ਦੇ ਘਰ ਵਾਲੇ ਪਾਸੇ ਮੂੰਹ ਪਾ ਗਿਆ। ਸਹੀ ਦਾ ਮੋਮਨਾ ਦਰ ਵੇਂਦੀ ਆਈ ਹੈ, ਰੋਂਦੀ ਆਈ ਹੈ, ਜਿਹੜੇ ਬਿਰਾ ਦਬਨ ਦਰਵਾਜ਼ਾ ਵੇਂਦੀ ਹੈ ਉਹਦਾ ਨਾਂ ਲੈ ਕੇ ਵੈਣ ਕਰਦੀ। ਅਚਾਨਕ ਅੱਬਾ ਉਸਦੇ ਬੰਦ ਦਰਵਾਜ਼ੇ ਤੇ ਨਜ਼ਰ ਪਈ ਹੈ, ਵੈਣ ਵਸ ਚ ਨਹੀਂ ਰਿਹਾ, ਉੱਚਾ ਵੈਣ ਕਰਕੇ ਆਉਂਦੀ ਹੈ, ਅੱਬਾ ਵੈਣ ਜੀਂਦੀ ਵੱਲ ਲਈ
ਦੀਆਂ ਦੋ ਦੀਆਂ ਜਿਹੜੀਆਂ ਨਿਮਾਜ਼ਾਂ ਦੁਹਰਾਏ ਨੂੰ ਪੜ੍ਹ ਕੇ ਕੁਰਾਨ ਦੀ ਤਲਾਵਤ ਪਈਆਂ ਕਰਦੀਆਂ, ਵੱਡੀ ਛੋਟੀ ਦਰਵੇਖਿਆਂ ਦੀ ਭੈਣ ਕੁਰਾਨ ਬੰਦ ਕਰ, ਇੰਜ ਲੱਗਦਾ ਹੈ ਜਿਵੇਂ ਦਰਵਾਜ਼ੇ ਤੇ ਕੋਈ ਜ਼ਈਫਾ ਬੈਠੀ ਹੋਈ ਹੈ। ਨਹੀਂ ਜ਼ਈਫਾ, ਬੀਬੀ ਆਂਦੀ ਹੈ ਮੈਂ ਤੇ ਤੁਹਾਡਾ ਕੁਰਾਨ ਸੁਣਨ ਬਹਿ ਗਈ ਆ, ਬੜਾ ਸੋਹਣਾ ਕੁਰਾਨ ਪਈਆਂ ਪੜ੍ਹਦੀ ਹੋ। ਉਸਨੇ ਵੱਡੀ ਦੀ ਪੇਟਕੇ ਆਂਦੀ ਹੈ ਜ਼ਈਫਾ ਤੂੰ ਸਾਡੇ ਤੋਂ ਸੁਣਿਆ, ਕਦੀ ਸਾਡੀ ਮਾਂ ਤੋਂ ਕੁਰਾਨ ਸੁਣਿਆ? ਸਰਵਾਦਰ ਮੁਹੰਮਦ ਵਾਲੇ ਮੁਹੰਮਦ, ਅੱਲਾਹੁਮਾ ਸੱਲ ਅਲਾ ਮੁਹੰਮਦ ਵਾਲੇ ਮੁਹੰਮਦ ਮੁਬੀਨ।